ਸਿੱਖ ਧਰਮ ਦੇ ਬਾਨੀ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਪਾਕਿਸਤਾਨ ਦੀ ਧਰਤੀ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਜਨਮ ਅਸਥਾਨ ਗੁਰਦੁਆਰਾ ਨਨਕਾਣਾ ਸਾਹਿਬ ਤੋਂ ਜੋ ਨਗਰ ਕੀਰਤਨ SDPC ਦੇ ਭਰਪੂਰ ਯਤਨਾਂ ਦੇ ਨਾਲ ਪਾਕਿਸਤਾਨ ਦੀਆਂ ਸਾਧ ਸੰਗਤਾਂ ਦੇ ਉੱਦਮ ਦੇ ਨਾਲ ਅਤੇ ਭਾਰਤ ਦੀਆਂ ਸੰਗਤਾਂ ਦੇ ਉੱਦਮ ਦੇ ਨਾਲ ਸਾਰੇ ਹੀ ਭਾਰਤ ਦੇ ਵਿੱਚ 5 ਤਖਤਾਂ ਦੇ ਦਰਸ਼ਨ ਕਰਦਾ ਹੋਇਆ ਸਾਰੇ ਭਾਰਤ ਦੇ ਵਿੱਚੋਂ ਹੁੰਦਾ ਹੋਇਆ ਜੋ ਪਵਿੱਤਰ ਨਗਰੀ ਜੋ ਗੁਰੂ ਨਾਨਕ ਸਾਹਿਬ ਜੀ ਦੀ ਕਰਮ ਭੂਮੀ ਹੈ ਸੁਲਤਾਨਪੁਰ ਲੋਧੀ ਸਾਹਿਬ ਵਿਖੇ ਜੋ ਪਹੁੰਚ ਰਿਹਾ ਹੈ ਉਸ ਦੇ ਸਵਾਗਤ ਦੇ ਵਾਸਤੇ ਗੁਰਦੁਆਰਾ ਡੇਰਾ ਸਾਹਿਬ ਦੀ ਪ੍ਰਬੰਧਕੀ ਕਮੇਟੀ ਦੇ ਪ੍ਰਧਾਨ ਸਰਦਾਰ ਦਵਿੰਦਰ ਸਿੰਘ ਜੀ ਟੋਨੀ ਅਤੇ ਉਹਨਾਂ ਦੇ ਨਾਲ ਉਹਨਾਂ ਦੇ ਸਾਥੀ ਇਲਾਕੇ ਦੀਆਂ ਸੰਗਤਾਂ ਜਿਹੜੇ ਨਗਰ ਕੀਰਤਨ ਦੇ ਵਿੱਚ ਸ਼ਾਮਿਲ ਹੋ ਰਹੀ ਇੱਥੇ ਚਾਲੇ ਮਾਰਨ ਲੱਗੀਆਂ ਹਨ। ਮੈਂ ਇੱਥੇ ਦੱਸਣਾ ਜ਼ਰੂਰੀ ਸਮਝਦਾ ਹਾਂ ਕਿ ਗੁਰਦੁਆਰਾ ਡੇਰਾ ਸਾਹਿਬ ਜਿੱਥੇ ਕਿ ਜਿੱਥੋਂ ਦੀ ਇਹ ਪ੍ਰਬੰਧਕੀ ਕਮੇਟੀ ਹੈ ਗੁਰਦੁਆਰਾ ਕੀਰਤਨ ਦੇ ਸਵਾਗਤ ਵਾਸਤੇ ਜਾ ਰਹੀ ਹੈ, ਇੱਥੇ ਵੀ ਬਹੁਤ ਵੱਡਾ ਮਹਾਨ ਜਿਹੜਾ ਇਹ ਸਮਾਗਮ ਮਨਾਇਆ ਜਾ ਰਿਹਾ। ਗੁਰੂ ਨਾਨਕ ਦੇਵ ਜੀ ਦੇ ਇਹ ਪਿਤਾ ਪੁਰਖੀ ਨਗਰ ਵਿਖੇ ਗੁਰਦੁਆਰਾ ਸਾਹਿਬ ਵਿਖੇ 1, 2, 3 ਨਵੰਬਰ ਨੂੰ ਬਾਬਾ ਲੱਖਾ ਸਿੰਘ ਕੋਟੇ ਵਾਲਿਆਂ ਦੀ ਅਗਵਾਈ ਹੇਠ ਇਸ ਗੁਰਦੁਆਰਾ ਸਾਹਿਬ ਦੀ ਪ੍ਰਬੰਧਕੀ ਕਮੇਟੀ ਦੇ ਇਲਾਕੇ ਦੀਆਂ ਸੰਗਤਾਂ ਵੱਲੋਂ ਬਹੁਤ ਵੱਡਾ ਸਮਾਗਮ, ਬਹੁਤ ਹਾਈ ਲੈਵਲ 'ਤੇ ਵਰਲਡ ਲੈਵਲ 'ਤੇ ਜਿਹੜਾ ਸਮਾਗਮ ਇੱਥੇ ਕਰਾਇਆ ਜਾ ਰਿਹਾ ਹੈ, ਇਹ ਵੀ ਮੈਂ ਦੱਸਣਾ ਜ਼ਰੂਰੀ ਸਮਝਦਾ ਹਾਂ। ਅਸੀਂ ਹੁਣ ਇਸ ਬਾਰੇ ਗੁਰਦੁਆਰਾ ਡੇਰਾ ਸਾਹਿਬ ਲੋਹਾਰ ਦੀ ਪ੍ਰਬੰਧਕੀ ਕਮੇਟੀ ਦੇ ਪ੍ਰਧਾਨ ਸਰਦਾਰ ਗੁਰਿੰਦਰ ਸਿੰਘ ਟੋਨੀ ਭੱਠਿਆਂ ਵਾਲੇ ਉਹਨਾਂ ਦੇ ਨਾਲ ਗੱਲਬਾਤ ਕਰਨ ਲੱਗੇ ਹਾਂ। ਸਰਦਾਰ ਗੁਰਿੰਦਰ ਸਿੰਘ ਜੀ ਟੋਨੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਹ ਜਿਹੜਾ ਨਗਰ ਕੀਰਤਨ ਪਾਕਿਸਤਾਨ ਤੋਂ ਆ ਰਿਹਾ ਵਾ ਮਹਾਰਾਜ ਦੇ 550 ਵਿੱਚ, ਉਹਦੇ ਸਵਾਗਤ ਵਾਸਤੇ ਸ਼੍ਰੋਮਣੀ ਕਮੇਟੀ ਵੱਲੋਂ ਸਾਡੇ ਬਹੁਤ ਹੀ ਸਤਿਕਾਰਯੋਗ ਇਸ ਹਲਕੇ ਦੇ ਸ਼੍ਰੋਮਣੀ ਕਮੇਟੀ ਮੈਂਬਰ ਪ੍ਰਬੰਧਕ ਕਮੇਟੀ ਸਰ ਭਜਨ ਸਿੰਘ ਕਰਮੂਵਾਲਾ ਜੀ ਉਹਨਾਂ ਦੀ ਅਗਵਾਈ ਹੇਠ ਵਿੱਚ ਲਾਕੇ ਭਾਰੀ ਸੰਗਤ 2.5 ਘੰਟੇ ਦੇ ਜੇ ਕੋਈ 40-50 ਸੰਗਤ ਜਿਹੜੀ ਬਹੁਤ ਵੱਡਾ ਕਾਫਲਾ ਅਸੀਂ ਪ੍ਰਬੰਧਕ ਡੇਰਾ ਸਾਹਿਬ ਕਮੇਟੀ ਦੇ ਨਾਲ ਲੈ ਕੇ ਅਟਾਰੀ ਬਾਰਡਰ 'ਤੇ ਜਾ ਰਹੇ ਹਾਂ ਜਿੱਥੇ ਉਹਨਾਂ ਦਾ ਸਵਾਗਤ ਕਰਨਾ ਵਾ ਜੀ ਐਂ ਕਹਿਣਾ ਵਾ। ਇਸ ਤੋਂ ਪਹਿਲਾਂ ਪ੍ਰੈਸ ਕੋਟਰ ਸਾਹਿਬ ਉਹਨਾਂ ਨੇ ਤੁਹਾਡਾ ਸਾਰਾ ਵਿਸਥਾਰ ਨਾਲ ਦੱਸਿਆ ਵਾ ਜਿਹੜਾ ਪੱਠੇ ਬਿੰਡਪੁਰ ਨਗਰ ਆ ਇਹ ਗੁਰੂ ਨਾਨਕ ਸਾਹਿਬ ਪਿਤਾਪੁਰ ਕੀ ਨਗਰ ਆ ਅਤੇ ਗੁਰੂ ਨਾਨਕ ਸਾਹਿਬ ਵੱਡੇ ਵਡੇਰੇ ਇੱਥੋਂ ਰਹੇ ਆ ਅਤੇ ਅੱਜ ਜਿਹੜਾ ਨਗਰ ਕੀਰਤਨ ਪਾਕਿਸਤਾਨ ਤੋਂ ਆ ਰਿਹਾ ਵਾ ਉਹ ਵੀ ਉਹਨਾਂ ਦੇ ਜਿੱਥੇ ਉਹਨਾਂ ਜਨਮ ਸਥਾਨ ਹੋਇਆ ਨਨਕਾਣਾ ਸਾਹਿਬ ਤੋਂ ਚੱਲ ਕੇ ਆ ਰਿਹਾ, ਅਸੀਂ ਉਹਦੇ ਸਵਾਗਤ ਵਾਸਤੇ ਸ਼੍ਰੋਮਣੀ ਕਮੇਟੀ ਦੇ ਪ੍ਰਬੰਧ ਨਾਲ ਆਪ ਇਲਾਕੇ ਭਰ ਦੀ ਸੰਗਤ ਦੇ ਸਹਿਯੋਗ ਦੇ ਨਾਲ ਉਹਨਾਂ ਸਵਾਗਤ ਵਾਸਤੇ ਚੱਲੇ ਹਾਂ। ਆਪ ਸਭ ਦਾ ਧੰਨਵਾਦ, ਕਿਤੇ ਕਿਤੇ ਫਤਿਹ ਕਰਾਂਗਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੀ ਦੇ 550 ਸਾਲਾ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਜੋ ਨਗਰ ਕੀਰਤਨ ਗੁਰਦੁਆਰਾ ਨਨਕਾਣਾ ਸਾਹਿਬ ਪਾਕਿਸਤਾਨ ਤੋਂ ਅਟਾਰੀ ਬਾਰਡਰ 'ਤੇ ਅੱਜ 2 ਵਜੇ ਪਹੁੰਚ ਰਿਹਾ ਹੈ ਉਸ ਦੇ ਸਵਾਗਤ ਦੇ ਲਈ ਗੁਰਦੁਆਰਾ ਡੇਰਾ ਸਾਹਿਬ ਲੋਹਾਰ ਜਿੱਥੇ ਕਿ ਬਹੁਤ ਵੱਡਾ ਇੱਕ ਪ੍ਰੋਗਰਾਮ ਬਾਬਾ ਲੱਖਾ ਸਿੰਘ ਕੋਟੇ ਵਾਲਿਆਂ ਦੀ ਅਗਵਾਈ ਹੇਠ 1, 2, 3 ਨਵੰਬਰ ਨੂੰ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਅਤੇ ਇਲਾਕੇ ਦੀਆਂ ਸੰਗਤਾਂ ਵੱਲੋਂ ਮਨਾਇਆ ਜਾ ਰਿਹਾ ਹੈ, ਵਰਲਡ ਲੈਵਲ 'ਤੇ ਮਨਾਇਆ ਜਾ ਰਿਹਾ ਹੈ। ਉਸ ਦੇ ਗੁਰਦੁਆਰਾ ਸਾਹਿਬ ਦੇ ਪ੍ਰਧਾਨ ਗੁਰਿੰਦਰ ਸਿੰਘ ਟੋਨੀ ਉਹਨਾਂ ਦੇ ਨਾਲ ਸਰਪੰਚ ਇੰਦਰਜੀਤ ਸਿੰਘ ਕਰਮੂਵਾਲਾ, ਮੈਨੇਜਰ ਪ੍ਰਗਟ ਸਿੰਘ ਰਤੋਕੇ, ਸਰਦਾਰ ਮੱਖਣ ਸਿੰਘ ਮੁੰਡਾ ਪਿੰਡ, ਬਾਬਾ ਪਿਆਰਾ ਸਿੰਘ ਲੋਹਾਰ ਅਤੇ ਹੋਰ ਸੰਗਤਾਂ ਜਿਹੜੀਆਂ ਰਲ ਕੇ ਅਤੇ ਉਸ ਦੇ ਸਵਾਗਤ ਵਾਸਤੇ ਗੱਡੀਆਂ ਦਾ ਕਾਫਲਾ ਲੈ ਕੇ ਇੱਕ ਵੱਡਾ ਕਾਫਲਾ ਲੈ ਕੇ ਉੱਥੇ ਪਹੁੰਚ ਰਹੀਆਂ।
ਫੁੱਟਦਾ ਚਸ਼ਮਾ ਏ ਤੂੰ ਰੋਸ਼ਨੀਆਂ ਦੀ ਰੇਖਾ ਏ ਇੱਕ ਤੇਰਾ ਹੀ ਦਰਬਾਰ ਸੱਚਾ।